ਜੀ ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਬਿਲਕੁਲ ਠੀਕ ਹੋਵੋਗੇ। ਔਰ ਟਾਈਮ ਮੈਂ ਵੀ 10:30 ਦਾ ਹੋ ਗਿਆ। ਇਸ ਤੋਂ ਪਹਿਲਾਂ ਮੈਂ ਇੱਕ ਵਲੋਗ ਐਂਡ ਕਰਕੇ ਹਟੀ ਹਾਂ, ਸ਼ਾਇਦ ਤੁਸੀਂ ਦੇਖ ਚੁੱਕੇ ਹੋਵੋਗੇ। ਅਗਰ ਨਹੀਂ ਦੇਖਿਆ ਹੋਵੇ ਤਾਂ ਪਲੀਜ਼ ਜਾ ਕੇ ਜ਼ਰੂਰ ਦੇਖਿਓ। ਔਰ ਤੁਹਾਨੂੰ ਜਿਵੇਂ ਉਹ ਵਲੋਗ 'ਚ ਮੈਂ ਦੱਸਿਆ ਸੀ ਕਿ ਅਸੀਂ ਕਿਤੇ ਜਾਣਾ ਆ, ਤਾਂ ਉਹਦੇ ਵਾਸਤੇ ਰੈਡੀ ਹੋਣ ਲੱਗੇ ਹਾਂ। ਤਾਂ ਨਹਾ ਧੋ ਕੇ ਆ ਗਈ ਸੀਗੀ, ਔਰ ਅੱਜ ਇਹ ਸੂਟ ਪਾਉਣਾ ਮੈਂ ਲੈਮਨ ਕਲਰ ਦਾ। ਇਹ ਪਾਉਣ ਲੱਗੀ, ਫੋਨ 'ਚ ਜ਼ਿਆਦਾ ਹੀ ਲਾਈਟ ਲੱਗਦਾ ਪਿਆ ਆ, ਬਟ ਡਾਰਕ ਆ। ਚਲੋ ਹੁਣ ਇੱਕ ਵਾਰ ਤਿਆਰ ਹੋ ਕੇ ਨਾ, ਆਈ ਮੀਨ ਤਿਆਰ ਹੋ ਕੇ ਨਹੀਂ, ਚੇਂਜ ਕਰਕੇ ਅਤੇ ਫਿਰ ਆ ਕੇ ਤੁਹਾਨੂੰ ਮਿਲਦੀ ਹਾਂ। ਬਸ ਰੈਡੀ ਹੋ ਚੁੱਕੇ ਹਾਂ, ਇਹ ਵੀ ਆ ਗਏ, ਮਰਜ਼ੀ ਵੇਖ ਲਓ ਇੱਧਰ। ਇਹ ਤਾਂ ਇੱਦਾਂ ਹੀ ਮਿਲਣਗੇ ਤੁਹਾਨੂੰ ਰੁਮਾਲ 'ਤੇ। ਔਰ ਬਸ ਤੁਰਨ ਲੱਗੇ ਹਾਂ, ਮੈਂ ਫੜੇ ਹੋਏ ਆ ਆਪਣਾ ਮੰਨਤ ਦਾ ਪਰਸ। ਇਹ ਘਰੇ ਆ, ਇਹ ਮੇਹਰ ਅਤੇ ਡੈਡੀ, ਕੋਈ ਨਹੀਂ ਆ ਹੀ ਜਾਣਾ ਆ ਕੱਲ੍ਹ ਨੂੰ, ਇਸ ਟਾਈਮ ਅਸੀਂ ਘਰੇ ਹੋਣਾ ਆ। ਅਤੇ ਮੈਂ ਦੁਪਹਿਰ ਨੂੰ ਇੱਕ ਵੀਡੀਓ ਅਪਲੋਡ ਕਰਨੀ ਹੈ, ਤਾਂ ਦੇਖ ਲਿਓ। ਬੈਠ ਚੁੱਕੇ ਹਾਂ ਅਸੀਂ, ਆ ਗਈ ਸਾਡੀ ਤੀਜੀ ਸਵਾਰੀ, ਮੰਨਤ ਮੈਂ ਸਰਕਾਰ 'ਚ ਚੱਲੇ ਹਾਂ। ਬੜੀ ਗਰਮੀ ਆ, ਉਤਾਰ ਦੇ, ਟਾਈਮ 12:15 ਹੋ ਗਏ ਆ। ਬਾਏ ਡੈਡੀ। ਸ਼ੁਰੂ ਹੋ ਗਿਆ ਹੈ, ਦੇਖੋ ਕਿੰਨੇ ਵਜੇ ਪਹੁੰਚਦੇ ਹਾਂ। ਬਟ ਹਜੇ ਮੈਨੂੰ ਫੋਨ ਕਰਕੇ ਦੱਸਿਆ ਨਹੀਂ ਅਸੀਂ ਆਉਂਦੇ ਹਾਂ, ਉਹਨੂੰ ਪਤਾ ਸੀ ਸਵੇਰੇ, ਬਟ ਮੈਂ ਕਿਹਾ ਕਿ ਸਾਡਾ ਕੈਂਸਲ ਕੱਚਾ ਪੱਕਾ ਆ। ਹੁਣ ਦੇਖਦੀ ਉਹਨੂੰ ਫੋਨ ਕਰਕੇ ਦੱਸਦੀ ਹਾਂ। ਤੁਹਾਨੂੰ ਵੀ ਨਹੀਂ ਦੱਸਿਆ ਮੈਂ ਕਿੱਥੇ ਚੱਲੀ, ਮੈਂ ਚੱਲੀ ਹਾਂ ਆਪਣੀ ਸਿਸਟਰ ਕੋਲ ਪਟਿਆਲੇ। ਪਟਿਆਲੇ ਤੋਂ ਅੱਗੇ ਹੀ ਇਹ ਮੂਨਤ ਪਿੰਡ ਆ, ਉੱਥੇ ਚੱਲੇ ਹਾਂ ਅਸੀਂ, ਕਿਉਂਕਿ ਮੈਂ ਜਿਵੇਂ ਤੁਸੀਂ ਮੇਰੇ ਚੈਨਲ 'ਤੇ ਦੇਖਿਆ ਹੋਣੀ ਹੈ, ਮੈਂ ਕਾਕੇ ਦੀ ਪੋਸਟ ਲਾਈ ਸੀ, ਵਾਹਿਗੁਰੂ ਜੀ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ, ਅਤੇ ਇਸ ਕਰਕੇ ਅਸੀਂ ਚੱਲੇ ਹਾਂ ਉੱਥੇ ਦੇਖਣ ਕਾਕੇ ਨੂੰ, ਮੈਂ ਸਰਦਾਰ ਜੀ ਅਤੇ ਮੰਨਤ। ਔਰ ਅੱਜ ਟਾਈਮ, ਉਸ ਤੋਂ ਬਾਅਦ 'ਚ ਇਹ ਵੀ ਬਿਜ਼ੀ ਹੋ ਜਾਣੇ ਆ, ਫਿਰ ਨਹੀਂ ਜਾਇਆ ਜਾਣਾ 10-15 ਦਿਨ। ਉਸ ਤੋਂ ਬਾਅਦ ਮੇਰਾ ਵਿਚਾਰੇ ਜੇ ਹੋਇਆ ਤਾਂ ਮੈਂ ਸ਼ਾਇਦ ਹਰਿਦੁਆਰ ਵੀ ਜਾਊਂਗੀ ਰੱਖੜੀਆਂ 'ਤੇ। ਇੱਥੇ ਲੱਖੜੀਆਂ ਬੋਲਦੇ ਨੇ ਪਹਾੜੀ ਲੋਕ, ਉਹਨਾਂ ਲੱਖੜੀਆਂ 'ਤੇ, ਲੱਖੜੀਆਂ 'ਤੇ ਮੈਂ ਪੇਕੇ ਵੀ ਜਾਣਾ ਆ। ਅਤੇ ਬਾਕੀ ਦੇਖਦੇ ਹੁਣ ਜਿਵੇਂ ਹੋਇਆ, ਤੁਹਾਨੂੰ ਵੀ ਘੁਮਾਉਣਾ ਜੇ ਟਾਈਮ ਨਾਲ ਥੋੜ੍ਹਾ ਪਹੁੰਚ ਗਏ ਤਾਂ ਕੋਸ਼ਿਸ਼ ਕਰਾਂਗੇ, ਪੱਕਾ ਨਹੀਂ ਹੈ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲੇ ਜੇ ਦਰਸ਼ਨ ਕੀਤੇ, ਉਹਦਾ ਮੈਂ ਅੱਡ ਵਲੋਗ ਬਣਾਊਂਗੀ ਸਿਰਫ ਗੁਰਦੁਆਰਾ ਸਾਹਿਬ ਦਾ, ਚਾਹੇ 2 ਮਿੰਟ 3 ਮਿੰਟ 4 ਮਿੰਟ ਜਿੰਨਾ ਵੀ ਬਣੇ ਉਹ ਅੱਡ ਤੋਂ ਬਣਾਊਂਗੀ, ਇਹਦੇ ਵਿੱਚ ਨਹੀਂ ਐਡ ਕਰੂੰਗੀ। ਅਤੇ ਚਲੋ ਹੁਣ ਜਾ ਕੇ ਮਿਲਦੇ ਹਾਂ ਕੀਰਤਪੁਰ, ਥੋੜ੍ਹਾ ਜਿਹਾ ਸਮਾਨ ਮੈਂ ਕੀਰਤਪੁਰੋਂ ਲੈਣਾ ਹਜੇ। ਅਤੇ ਅੱਜ ਤਾਂ ਸਰਦਾਰ ਜੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਹੋਏ ਆ, ਸੱਚੀ ਦੇਖਿਓ। ਬਾਅਦ 'ਚ ਉਹ ਪਹਿਲੇ ਤੁਹਾਡੀ ਮੈਂ ਪੂਰੀ ਲੁੱਕ ਦਿਖਾਊਂਗੀ, ਇੰਨੇ ਜ਼ਿਆਦਾ ਅੱਜ ਘੈਂਟ ਲੱਗਦੇ ਪਏ ਨੇ ਨਾ, ਬਹੁਤ ਸੋਹਣੇ ਲੱਗਦੇ ਪਏ ਨੇ, ਹੈ ਨਾ ਮੱਟੋ? ਕਿਉਂਕਿ ਫੋਰਮਲ ਬਹੁਤ ਘੱਟ ਪਾਉਂਦੇ ਆ, ਜੀਨ ਜ਼ਿਆਦਾ ਪਾਉਂਦੇ ਨੇ ਕਿ ਕੰਫਰਟੇਬਲ ਰਹਿੰਦੀ ਹੈ। ਅਤੇ ਅੱਜ ਇਹਨਾਂ ਨੇ ਫੋਰਮਲ ਪਾਇਆ ਪੂਰਾ ਲੁੱਕ, ਮਤਲਬ ਉੱਦਾਂ, ਅਤੇ ਬਹੁਤ ਜੱਚਦੇ ਪਏ ਨੇ, ਸੋਹਣਾ ਲੱਗਦਾ ਪਿਆ ਹੈ। ਪਰ ਕੋਸ਼ਿਸ਼ ਕਰਿਆ ਕਰਾਂਗੇ ਕਿ ਜ਼ਿਆਦਾ ਇੱਦਾਂ ਹੀ ਇਹ ਵੀ ਵੇਅਰ ਕਰਿਆ ਕਰ। ਗਰਮੀ ਇੰਨੀ ਕਿ ਬੁਰਾ ਹਾਲ ਏ ਸੀ ਚੱਲਦਾ ਪਿਆ, ਤਾਂ ਵੀ ਜਾਨ ਨਿਕਲਦੀ ਪਈ ਹੈ। ਹਜੇ ਥੋੜ੍ਹਾ ਟਾਈਮ 'ਚ ਲੱਗੇ, ਗੱਡੀ ਵੀ ਗਰਮ ਆ, ਵਾਹਿਗੁਰੂ ਦਾ ਨਾਮ ਲੈ ਕੇ ਚੱਲੋ। ਘੱਟਾ ਪਿਆ ਇਹਦੇ 'ਤੇ, ਆਹ ਦੇਖੋ ਟਾਈਮ 11:46 ਹੋ ਚੁੱਕੇ ਨੇ। ਔਰ ਬਾਕੀ ਦੇਖੋ ਇਹ ਕਿੰਨੇ ਵਜੇ ਪਹੁੰਚਦੇ ਆ। ਹਾਂਜੀ, ਇੱਥੇ ਹੁਣ ਪੈਟਰੋਲ ਪਵਾਉਣ ਲਈ ਰੁਕੇ ਨੇ, ਪੈਟਰੋਲ ਪਾਉਂਦੇ ਪਏ। ਕੀ ਮੰਨਣਾ, ਦੁਬਾਰਾ ਬੋਲੀ, ਕੀ ਹੋਇਆ? ਬੋਲਦੇ ਆ ਗੁਰੂ ਕੈਮਰੇ ਸਾਹਮਣੇ, ਮਤਲਬ ਇਹ ਨਾ ਸੂਟ ਮੇਰੀ ਭੈਣ ਦੇ ਵਿਆਹ ਦਾ, ਜਿਹਦੇ ਕੋਲ ਚੱਲੇ ਆ ਉਹਦੇ ਵਿਆਹ ਦਾ ਹੀ ਹੈ। ਇਹ ਸ਼ਿਫੋਨ ਦਾ ਸੂਟ ਆ,
ਫੁੱਲ ਪਿਓਰ ਦਾ ਦੁਪੱਟਾ, ਫੁੱਲ ਸ਼ਿਫੋਨ ਦਾ ਸੂਟ ਆ ਸਾਰਾ, ਮਤਲਬ ਮੈਂ ਉੱਠਾਂਗੀ ਨਾ ਫਿਰ ਦਿਖਾਉਂਗੀ, ਇੱਦਾਂ ਦਿਸਣਾ ਨਹੀਂ ਵਰਕਿਆ. ਅਤੇ ਨਾ ਮੈਂ ਵਿੱਚ ਪਾਉਣਾ ਛੱਡ ਦਿੱਤਾ ਸੀ, ਮੈਨੂੰ ਐਂ ਲੱਗਦਾ ਸੀ ਕਿ ਇਹ 'ਚ ਮੇਰਾ ਰੰਗ ਮੈਨੂੰ ਨਹੀਂ, ਆਪ ਨੂੰ ਤਾਂ ਮੈਨੂੰ ਬਹੁਤ ਸੋਹਣਾ ਲੱਗਦਾ ਸੀਗਾ, ਬਟ ਮੈਨੂੰ ਇਹ ਨਹੀਂ ਪਤਾ, ਮੰਨਤ ਆਉਂਦੀ ਮੈਂ ਤਾਂ ਨਹੀਂ ਕਿਹਾ, ਜੰਨਤ ਨੇ ਸ਼ਾਇਦ ਕਿਹਾ ਕਿ ਮੰਮੀ ਇਹ ਜੱਚਦਾ ਨਹੀਂ, ਤੁਹਾਡਾ ਰੰਗ ਕਾਲਾ ਲੱਗਦਾ, ਪਰ ਇਹ ਹੁਣੇ ਕਿਹਾ ਕਿ ਬੋਲੀ ਨਹੀਂ ਮੰਮੀ ਇੱਥੇ ਜ਼ਿਆਦਾ ਹੀ ਚਿੱਟਾ ਲੱਗਦਾ ਆ. ਪਰ ਕੈਮਰੇ 'ਚ ਨਹੀਂ ਬੋਲਦੀ, ਜੇ ਮਾਂ ਦੀ ਤਾਰੀਫ ਕਰ ਲਓ ਗਿਆ ਤਾਂ ਕੁਛ ਨਹੀਂ ਵਿਗੜ ਚੱਲਿਆ, ਤੁਹਾਡੀ ਹੀ ਮਾਂ ਆ. ਹੋਰ ਦੰਦ ਵੇਖਣ ਦੀ ਕਈ ਵਾਰੀ ਨਾ ਤੁਸੀਂ ਵੀ ਮਤਲਬ ਉਹਨਾਂ ਦੰਦਾਂ 'ਚ ਕਈ ਵਾਰੀ ਲਿਪਸਟਿਕ ਲੱਗ ਜਾਂਦੀ ਹੈ ਅਤੇ ਬਾਹਰ ਜਾ ਕੇ ਪਤਾ ਚੱਲਦਾ, ਬਟ ਇਹ ਚਲੋ ਮੈਟ ਲਿਪਸਟਿਕ ਆ, ਨਹੀਂ ਲੱਗਦੇ. ਔਰ ਬਾਕੀ ਤੁਸੀਂ ਦੱਸਿਓ ਕਿ ਤੁਹਾਨੂੰ ਕਿੱਦਾਂ ਦਾ ਮੇਰਾ ਲੁੱਕ ਲੱਗਿਆ, ਯੈਲੋ ਸੂਟ ਦੇ ਨਾਲ ਰੈੱਡ ਲਿਪਸਟਿਕ, ਰੈੱਡ ਹੀ ਬਿੰਦੀ, ਅਤੇ ਘੜੀ ਤਾਂ ਮੇਰੀ ਆਲ ਟਾਈਮ ਫੇਵਰੇਟ ਇਹ ਹੋ ਗਈ ਹੈ, ਔਰ ਦੂਜੀ ਹੈ ਨਾ, ਅਤੇ ਆਹ ਮੇਰੇ ਈਅਰਿੰਗ ਚੁਮਕੀ ਵਾਲੇ, ਥੋੜ੍ਹਾ ਮੈਨੂੰ ਵੱਡੇ ਲੱਗਦੇ ਪਏ ਆ ਸਫ਼ਰ ਦੇ ਹਿਸਾਬ ਨਾਲ, ਬਟ ਗੋਲਡ ਦਾ ਮੇਰਾ ਪਾਉਣ ਨੂੰ ਜੀ ਨਹੀਂ ਕਰਦਾ ਪਿਆ, ਇਹ ਪਾ ਲਏ ਆ, ਸੋਹਣੇ ਲੱਗਦੇ ਪਏ ਆ. ਅਤੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਕਿੱਦਾਂ ਦਾ ਲੱਗਦਾ ਪਿਆ ਲੁੱਕ, ਅਤੇ ਬਾਕੀ ਸਰਦਾਰ ਜੀ ਦਾ ਦਿਖਾਊਂਗੀ ਅਤੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ. ਇੱਧਰੋਂ ਤਾਂ ਹਾਏ ਤਾਂ ਇੱਧਰੋਂ ਇੰਨੇ ਕਾਲੇ ਲੱਗਣੇ, ਬਟ ਹੈ ਨਹੀਂ ਜੀ ਕਾਲੇ, ਤੁਸੀਂ ਫੋਨ 'ਚ ਪਤਾ ਨਹੀਂ ਕਿ ਦੋਵੇਂ ਪਿਓ ਤੀ ਐਂ ਲੱਗਣ ਦੇ ਨੇ ਜਿਵੇਂ ਸਾਊਥ ਅਫਰੀਕਾ ਤੋਂ ਆਏ ਹੁੰਦੇ ਨੇ. ਹਾਏ ਰੱਬਾ, ਪਹੁੰਚ ਚੁੱਕੇ ਹਾਂ ਜੀ ਕੀਰਤਪੁਰ ਮਾਰਕੀਟ. ਮੈਂ ਕਦੇ ਨਾ ਵਿੰਨੀ ਜੂਸ ਬਾਰ ਤੋਂ ਜੂਸ ਨਹੀਂ ਪੀਤਾ, ਇਹਨਾਂ ਨੇ ਬਹੁਤ ਪੀਤਾ, ਤੁਹਾਡੀਆਂ ਤਾਂ ਬੜੀਆਂ ਯਾਦਾਂ ਜੁੜੀਆਂ ਨਾ ਇਹਦੇ ਨਾਲ. ਸਰਦਾਰ ਜੀ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਦੇ ਲੱਗਦੇ ਪਏ ਨੇ, ਬਹੁਤ ਸੋਹਣੇ ਲੱਗਦੇ ਪਏ ਨੇ ਅੱਜ ਤੇ. ਔਰ ਆਹ ਮੇਰਾ ਮੱਗਾ. ਪਹੁੰਚ ਗਏ ਮਾਰਕੀਟ 'ਚ, ਜਿਹੜੀ ਦੁਕਾਨ 'ਤੇ ਅਸੀਂ ਜਾਣਾ ਆ, ਦੇਖਦੇ ਹਾਂ ਇਹ ਹੋਈਏ. ਲੈ ਲਿਆ ਸਮਾਨ ਅਸੀਂ ਜਿਹੜੇ ਲੈਣੇ ਸੀ, ਮੈਂ ਕੱਪੜੇ ਬੇਬੀ ਦੇ ਤੁਹਾਨੂੰ ਦਿਖਾਏ ਨਹੀਂ ਕਿ ਕੀ ਲਿਆ ਆ, ਬਾਕੀ ਇੱਥੋਂ ਮੈਂ ਕੁਛ ਹੋਰ ਲੈਣਾ. ਮੰਮਾ ਇੱਥੇ ਦਵਾਈ ਖਾਣ ਲੱਗੇ ਨੇ, ਅਤੇ ਇਸ ਤਰ੍ਹਾਂ ਆਪਾਂ ਰੋਪੜ ਹਾਂ, ਅਤੇ ਉਹ ਡੈਡੀ ਜੀ ਫੁੱਲ ਲੁੱਕ ਮੰਮਾ ਦਿਖਾਤੀ ਹੋਣੀ ਡੈਡੀ ਦੀ, ਸੋ ਹੁਣ ਤੁਸੀਂ ਦੋਵਾਂ ਨੂੰ ਇਕੱਠਿਆਂ ਨੂੰ ਇੱਕ ਫਰੇਮ 'ਚ ਦੇਖ ਲਓ, ਦੋਵੇਂ ਬਹੁਤ ਸੋਹਣੇ ਲੱਗਣਦੇ ਨੇ ਡੈਡੀ ਨੂੰ. ਪਤਾ ਨਹੀਂ ਕਿਉਂ ਹਮੇਸ਼ਾ ਡੈਡੀ ਕੈਮਰਾ ਵੇਖ ਕੇ ਨਾ ਤੁਰ ਪੈਂਦੇ ਨੇ, ਨਾ ਕਦੀ ਬੋਲਦੇ ਨੇ. ਅਤੇ ਹੁਣ ਆਪਾਂ ਚੱਲਦੇ ਹਾਂ, ਦੱਸਿਓ ਸਭ ਜਣੇ, ਔਰ ਹੁਣ ਆਪਾਂ ਚੱਲ. ਹੁਣ ਡੈਡੀ ਸ਼ਰਮਾਉਂਦੇ ਪਤਾ ਨਹੀਂ ਕਿਉਂ ਨੇ ਇੰਨਾ, ਇਹਨਾਂ ਤਾਂ ਨੂੰਹ ਨਹੀਂ ਸ਼ਰਮਾਉਂਦੀ ਹੁੰਦੀ ਵਿਆਹ ਟਾਈਮ, ਜਿਹਨਾਂ ਡੈਡੀ ਵਲੌਗ 'ਚ ਸ਼ਰਮਾਉਂਦੇ ਨੇ. ਆਪਾਂ ਚੱਲੇ ਹਾਂ ਮਨਚੂਰੀਅਨ ਔਰ ਬਰਗਰ ਖਾਣ, ਮੈਨੂੰ ਫੋਨ ਫੜਾਤਾ, ਮੈਂ ਮਗਰ ਮਗਰ. ਚਲੋ ਜੀ ਪਿਓਤੀ ਜਾਂਦੇ ਪਏ ਹੁਣ ਅੱਗੇ, ਹੁਣ ਆਉਂਦੀ ਮੰਮਾ ਤੁਸੀਂ ਬਣਾਓ, ਅਸੀਂ ਦੋਨੋਂ ਜਾਂਦੇ ਹਾਂ. ਆਹ ਦੇਖ ਲਓ ਜੀ ਮੈਨੂੰ ਇੱਧਰ ਤਾਂ ਵੇਖ ਲਾ, ਪਿੱਛੋਂ ਹੀ ਆਉਂਦੀ ਪਈ ਹੈ. ਹਾਂ ਠੀਕ ਹੈ, ਇਹ ਆ ਜੀ ਰੋਪੜ, ਰੂਪਨਗਰ ਰੋਪੜ. ਇਹ ਪੁਰਾਣਾ ਪੁੱਲ ਆ, ਇੱਥੋਂ ਨਾ ਬੰਦ ਕਰ ਦਿੱਤਾ ਗੱਡੀਆਂ ਨਿਕਲਣ ਦਾ, ਕਿਉਂਕਿ ਠੀਕ ਹੈ ਬਸ ਇੱਥੋਂ ਹੀ ਰਸਤੇ 'ਚ ਅਸੀਂ. ਇੱਥੋਂ ਦੇ ਨਾ ਬਰਗਰ ਬਹੁਤ ਟੇਸਟੀ ਨੇ ਔਰ ਮਨਚੂਰੀਅਨ, ਪੈਕ ਕਰਵਾ ਲਵਾਂਗੇ ਅਤੇ ਗੱਡੀ 'ਚ ਖਾ ਲਵਾਂਗੇ, ਉਸ ਤੋਂ ਬਾਅਦ ਆਪਾਂ ਕਿਤੇ ਨਹੀਂ ਰੁਕਣਾ, ਕੋਸ਼ਿਸ਼ ਕਰਨੀ ਹੈ ਟਾਈਮ ਨਾਲ ਨਿਕਲ ਜਾਈਏ. ਔਰ ਵੈਦਰ ਵਾਕਈ ਬਹੁਤ ਵਧੀਆ ਹੁਣ ਹੋ ਗਿਆ ਆ, ਪਹਿਲਾਂ ਨਹੀਂ, ਟਾਈਮ ਹੀ ਨਹੀਂ ਹੁੰਦਾ. ਮੈਨੂੰ ਵੇਖੋ ਮੈਂ ਕਿੰਨੀ ਗੋਰੀ ਤੇ ਇਹ ਪਿਓ ਪੁੱਤ ਪਿਓਤੀ ਵੇਖੋ, ਹੁਣ ਇਹ ਹੈ ਇਹ ਦੇਖ ਲੈ ਸਾਹਮਣੇ, ਚਲੋ ਸਾਹਮਣੇ ਵੇਖ ਲੋ. ਜਾਂਦੇ ਪਏ ਆ, ਕਰਦੇ ਪਏ ਆ ਪੁੱਲ ਕ੍ਰੋਸ, ਆਲ ਟਾਈਮ ਫੇਵਰੇਟ
ਇੱਥੋਂ ਪਤਾ ਨਹੀਂ ਓਪਨ ਹੈ ਕਿ ਨਹੀਂ ਬਰਗਰ, ਇੱਥੋਂ ਨਹੀਂ ਮਿਲਿਆ। ਇੱਥੋਂ ਮਨਚੂਰੀਅਨ ਕਿਹਾ ਮਿਕ ਪਲੇਟ, ਕਿਉਂਕਿ ਮੈਂ ਤਾਂ ਮੱਟੋ ਹੀ ਹਾਂ ਖਾਣ ਵਾਲੇ, ਇਹਨਾਂ ਦੇ ਖਾਣਾ ਨਹੀਂ। ਤਾਂ ਮੇਰਾ ਸਿਰ ਵੀ ਦੁਖਣ ਲੱਗ ਗਿਆ ਹੁਣ, ਇਹ ਜੇ ਮੈਂ ਦਵਾਈ ਖਾ ਕੇ ਹਟੀ ਹਾਂ। ਅੱਛਾ, ਜਿਹੜਾ ਵੀ ਕੋਈ ਰੋਪੜ ਤੋਂ ਆਇਆ ਜੇ ਕੋਈ ਵੀਡੀਓ ਦੇਖਦਾ, ਤਾਂ ਇੱਥੋਂ ਦੀਆਂ ਟੇਸਟੀ ਹੁੰਦੀਆਂ ਚੀਜ਼ਾਂ, ਬਹੁਤ ਵਧੀਆ। ਪੈਕ ਕਰਨੇ ਆ ਬਰਗਰ ਲਾ ਦਿਓ। ਔਰ ਇੱਥੇ ਹਾਂ ਆ ਗਿਆ ਸਾਡਾ ਮਨਚੂਰੀਅਨ, ਆ ਜਾ ਮੈਨੂੰ ਖਾਣਾ। ਬਹੁਤ ਟੇਸਟੀ ਹੈ, ਬਟ ਗਰਮੀ ਨੇ ਬੁਰਾ ਹਾਲ ਕਰਤਾ ਮੈਨੂੰ। ਮੰਨਤ ਕਿੱਦਾਂ ਦਾ ਲੱਗਾ? ਪਰ ਗਰਮੀ ਬਹੁਤ ਜ਼ਿਆਦਾ ਆ। ਹੁਣ ਬਰਗਰ ਅਤੇ ਗੱਡੀ 'ਚ ਜਾ ਖਾਵਾਂਗੇ, ਅਸੀਂ ਤੋਂ ਪੈਕ ਕਰਾ ਲਏ ਹਾਂ। ਔਰ ਇਹਨਾਂ ਨੇ ਤਾਂ ਖਾਣੇ ਨਹੀਂ, ਮੇਰਾ ਤਾਂ ਮੰਨਤ ਹੈ। ਪੈਕ ਕਰਾ ਕੇ ਬਸ ਤੁਰ ਪਏ, ਹੁਣ ਫਿਰ ਅਸੀਂ ਉੱਧਰ, ਸਾਡੀ ਗੱਡੀ ਉੱਧਰ ਖੜ੍ਹੀ ਹੈ। ਖਾਣ ਲਈ ਇੰਨਾ ਤੁਰ ਕੇ ਆਏ ਸੀਗੇ। ਆਹ ਨਹਿਰ ਆ ਇੰਨਾ ਤੋ ਵਾਹ ਗਰਮੀ, ਹੋ ਹੋ। ਹਾਂਜੀ, ਬਰਗਰ ਖਾ ਕੇ ਉਸ ਤੋਂ ਬਾਅਦ ਹੁਣ ਮਿਲਦੇ ਪਏ ਹਾਂ, ਕਿਉਂਕਿ ਬਰਗਰ ਇੱਕਦਮ ਨਿਕੰਮਾ ਸੀਗਾ, ਬਿਲਕੁਲ ਟੇਸਟੀ ਬਰਗਰ ਨਹੀਂ ਸੀ। ਕਿਉਂਕਿ ਜਿੱਥੋਂ ਅੱਗੇ ਆਪਾਂ ਲੈਂਦੇ ਹੁੰਦੇ ਹਾਂ ਨਾ ਬਰਗਰ ਖਾਈਦਾ ਆ, ਮਨਚੂਰੀਅਨ ਵਾਲੇ ਦੇ ਨਾਲ ਹੁੰਦੀ ਆ ਉਹਦੀ ਕਾਠ, ਪਰ ਅੱਜ ਉਹ ਆਇਆ ਹੀ ਨਹੀਂ, ਉਹਨੇ ਆਉਣਾ ਹੀ ਨਹੀਂ। ਸੋਰੀ, ਉਹ ਮੰਨਦੇ ਕਿ ਆਪਣੇ ਪਿੰਡ ਗਿਆ ਆਇਆ, ਤਾਂ ਕਰਕੇ ਨਹੀਂ ਆ। ਆਹ ਬਰਗਰ ਦੀ ਵਜ੍ਹਾ ਤੋਂ ਨਾ ਲਿਪਸਟਿਕ, ਅਤੇ ਉਹਦੇ 'ਚ ਰਿਫਾਇੰਡ ਤੇਲ ਦੀ ਸਮੈਲ ਹੁੰਦੀ ਪਈ ਸੀ। ਇਹ ਤਾਂ ਇੱਕ ਇੱਕ ਦੋ ਦੋ ਬਾਈਟ ਖਾਧੀਆਂ, ਸੁੱਟ ਤਾਂ ਬਿਲਕੁਲ ਨਹੀਂ ਪਸੰਦ ਆਇਆ, ਅਤੇ ਉਹਨਾਂ ਉਲਟਾ ਮਨ ਹੀ ਖਰਾਬ ਹੋਣ ਲੱਗ ਗਿਆ ਆ ਜਿਵੇਂ ਨਾ। ਹੁਣ ਦੇਖਦੀ ਹਾਂ ਅੱਗੋ ਜੋ ਹੋਇਆ, ਅਤੇ ਗੋਲ ਗੱਪੇ ਖਾਊਂਗੀ। ਵੈਸੇ ਤਾਂ ਇਹ ਆ ਕਿ ਟਾਈਮ ਬਹੁਤ। ਗੇਟ ਆ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਗੇਟ। ਕਿੱਥੇ ਆਪਾਂ ਐਂਟਰ ਕੀਤੇ? ਸਰਹੰਦ 'ਚ ਫਤਿਹਗੜ੍ਹ ਸਾਹਿਬ ਐਂਟਰੀ ਕਰ ਚੁੱਕੇ ਹਾਂ ਆਪਾਂ। ਔਰ ਮੰਨਤ ਦੀ ਗੱਲ ਕਰੋ, ਮੈਨੂੰ ਵੀ ਬਹੁਤ ਵਧੀਆ ਲੱਗਾ ਕਿ ਜਿੰਨਾ ਇਹ ਸਫ਼ਰ ਆਪਾਂ ਹਰ ਬੰਨੇ ਕਰਦੇ ਹਾਂ, ਪਹਾੜਾਂ ਵੱਲ ਵੀ ਉੱਧਰ ਵੀ, ਪਰ ਜਿਵੇਂ ਕਈ ਲੋਕ ਪੈਲੀਆਂ ਆਉਂਦੇ ਨੇ, ਖੇਤ ਆਉਂਦੇ ਨੇ, ਜ਼ਮੀਨ ਹੈ ਨਾ, ਇਹਦਾ ਵਿਊ ਜਿਹੜਾ ਪੰਜਾਬ ਦੇ ਵਿੱਚ ਆ ਕਿ ਜਿਵੇਂ ਦੋਨੋਂ ਸਾਈਡ ਖੇਤ ਇੱਕਦਮ ਬਰਾਬਰ ਨੇ, ਕੋਈ ਪਹਾੜੀਦਾਰ ਖੇਤ ਨਹੀਂ ਹੈ, ਰਸਤਾ ਵਧੀਆ, ਅਤੇ ਇਹ ਵਿਊ ਕਿਤੇ ਵੀ ਨਹੀਂ ਮਿਲਦਾ। ਇੱਕ ਮਿਲਦਾ ਮੇਰੇ ਪੇਕਿਆਂ ਵੱਲ, ਉੱਧਰ ਤਾਂ ਇੱਦਾਂ ਹੀ ਹੈ ਉੱਤਰਾਖੰਡ 'ਚ ਬਈ। ਉੱਤਰਾਖੰਡ ਬਈ, ਮੈਂ ਉੱਤਰਾਖੰਡ ਤੋਂ ਆ। ਆਹ ਮੰਨਿਆ ਤੁਹਾਨੂੰ ਸਾਈਡ ਤੋਂ ਦਿਖਾਏਗੀ। ਪੰਜਾਬ 'ਚ ਨਾ ਉਹ ਜਿੱਥੇ ਮਰਜ਼ੀ ਚੱਲ ਜਾਓ। ਮੰਮਾ ਨੇ ਕਿਹਾ ਕਿ ਉੱਤਰਾਖੰਡ ਵੀ ਇਵੇਂ ਆ, ਪਰ ਮੈਨੂੰ ਜੋ ਸਕੂਨ ਤੇ ਜੋ ਜਿੰਨਾ ਵਧੀਆ ਮੈਨੂੰ ਪੰਜਾਬ ਦੇ ਪੈਲੀਆਂ ਲੱਗਦੀਆਂ ਨੇ ਨਾ, ਉਹ ਮੈਨੂੰ ਉੱਤਰਾਖੰਡ ਵਾਲੀਆਂ ਵੀ ਨਹੀਂ ਲੱਗਦੀਆਂ। ਪਰ ਮੈਨੂੰ ਲੱਗਦੀਆਂ ਆ, ਬਿਕੋਜ਼ ਪੇਕੇ ਨੇ, ਮੈਨੂੰ ਤੇ ਬਹੁਤ ਵਧੀਆ ਲੱਗਦਾ ਹੈ। ਥੋੜੇ ਦਿਨਾਂ ਤੱਕ ਮੈਂ ਜਾਊਂਗੀ ਆਪਣੇ ਪੇਕੇ, ਲੱਖੜੀਆਂ ਤੇ ਲੱਖੜੀਆਂ ਤੇ ਅੱਜ ਇਹ ਹੁਣ ਜਿਹੜੀ ਮੈਨੂੰ ਲੱਗਦਾ ਕਿ ਇਹ ਵੀਡੀਓ ਮੈਨੂੰ ਇੱਥੇ ਐਂਡ ਕਰ ਦੇਣੀ ਚਾਹੀਦੀ ਹੈ।
ਕਿਉਂਕਿ ਇਹ ਵੀਡੀਓ ਕਾਫੀ ਵੱਡੀ ਹੋ ਗਈ ਹੋਣੀ ਹੈ, ਹਨਾ? ਹੋ ਸਕਦਾ ਹੈ, ਕਿਉਂਕਿ ਇਹ ਚੀਜ਼ਾਂ ਸਾਲੀ ਦਾ ਪ੍ਰੈਂਕ, ਚੀਜ਼ੇ ਨੇ ਕੀਤਾ ਸਾਲੀ ਦੇ ਨਾਲ ਪ੍ਰੈਂਕ, ਇਹ ਵੀਡੀਓ ਇਹੋ ਹੀ ਹੋਏਗੀ। ਔਰ ਇਸ ਵੀਡੀਓ ਦੇ ਵਿੱਚ ਪਈਆਂ ਕਿਹਨੂੰ ਗਾਲਾਂ ਮੈਨੂੰ, ਮਤਲਬ ਚੀਜ਼ੇ ਨੇ ਦਿਲ ਦੀ ਭੜਾਸ ਕੱਢੀ ਪ੍ਰੈਂਕ ਦੇ ਥਰੂ। ਔਰ ਪ੍ਰੈਂਕ ਕੀ ਹੈ ਇਹ ਤਾਂ ਤੁਸੀਂ ਵੀਡੀਓ ਦੇਖੋਗੇ, ਦੇਖ ਲਈ ਹੋਏਗੀ, ਤੁਹਾਨੂੰ ਪਤਾ ਚੱਲੇਗਾ, ਤੇ ਕਮੈਂਟ ਕਰਕੇ ਦੱਸਿਓ। ਮੇਰੇ ਖਿਆਲ ਨਾਲ ਇਹ ਵੀਡੀਓ ਕੋਈ ਸੈਂਡ ਕਰ ਦੇਣੀ ਚਾਹੀਦੀ ਹੈ, ਅਤੇ ਫਿਰ ਮੈਂ ਨੈਕਸਟ ਵੀਡੀਓ ਸਟਾਰਟ ਕਰੂੰਗੀ। ਇਹ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ। ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ, ਕਮੈਂਟ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤਾਂ ਹੁਣ ਨੈਕਸਟ ਵੀਡੀਓ ਮੇਰੀ ਮੱਟੋ ਸਟਾਰਟ ਕਰਦੀ ਹੈ, ਅਤੇ ਮਿਲਾਂਗੇ ਜੀ ਨੈਕਸਟ ਵਲੌਗ 'ਚ। ਤੱਕ ਲਈ ਬਾਏ ਬਾਏ।